वेलकम इज टीम पंजाबी ते वंस अगेन डॉक्टर नबी वदेशा ਤੁਸੀਂ ਜਾਣਦੇ ਹੋ ਸਾਰੇ ਬੜੇ ਲੰਮੇ ਸਮੇਂ ਤੋਂ ਆਪਣੀਆਂ ਸੇਵਾਵਾਂ માં ਜਿਹੜੀਆਂ ਨਿਭਾ ਰਹੇ ਨੇ ਫੈਡਰੇਸ਼ਨ ਨਾਲ ਰਲ ਕੇ ਚਾਹੇ ਬੀਸੀ ਯੂनाइटेड ਕਬੱਡੀ ਫੈਡਰੇਸ਼ਨ ਹੋਵੇ ਚਾਹੇ ਨੈਸ਼ਨਲ ਕਬੱਡੀ ਐਸੋਸੀਏਸ਼ਨ ਹੋਵੇ ਨੈਸ਼ਨਲ ਕਬੱਡੀ ਐਸੋਸੀਏਸ਼ਨ ਦੇ ਵਿੱਚ 2019 ਦੇ ਵਿੱਚ ਵੀ ਟੈਸਟ ਕੀਤੇ ਸਨ ਇਹਨਾਂ ਨੇ ਇਹ ਆਪ ਮੋਰੇ ਹੋ ਕੇ ਲੱਗ ਕੇ ਨਾਲ ਇਹਨਾਂ ਦੇ ਨਾਲ ਇੱਕ ਸੈਰਟੀਫਾਈਡ ਨਰਸ ਸੀਗੇ ਇਹਨਾਂ ਨੇ ਟੈਸਟ ਕੀਤੇ ਉਦੋਂ ਯੂਰਿਨ ਲਿਆ ਪਲੇਅਰਾਂ ਦਾ ਉਸ ਤੋਂ ਬਾਅਦ ਸੈਂਡ ਕੀਤਾ ਅਮਰੀਕਾ ਨੂੰ ਕੁਐਸਟ ਲੈਬ ਦੇ ਵਿੱਚ ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਨਵੀ ਵਿਦੇਸ਼ਾ ਸਾਹਿਬ ਨਾਲ ਤੇ ਉਸ ਤੋਂ ਬਾਅਦ ਉਹਨਾਂ ਦੀਆਂ ਗੱਲਾਂ ਬਤਾ ਕਰਾਂਗੇ ਪਿਛਲੇ ਸਾਲ ਦੀਆਂ ਮਦਦ ਜੀ ਸਾਹਿਬ ਤੁਹਾਡਾ ਟੀਮ ਪੰਜਾਬੀ ਦੇ ਸਵਾਗਤ ਹੈ ਥੈਂਕ ਯੂ ਜੀ ਅ ਨਵੀ ਕੀ ਕਹਿਣਾ ਚਾਹੁੰਨੇ ਹਾਂ ਟੈਸਟ ਹੁੰਦੇ ਨੇ ਟਾਈਮ ਦੀ ਟਾਈਮ ਪਿਛਲੇ 2019 ਦੇ ਵਿੱਚ ਤੁਸੀਂ ਟੈਸਟ ਕੀਤੇ ਸੀਗੇ ਰੈਂਡਮਲੀ ਜਿਹੜੇ ਕਿ ਟਾਈਮ ਤੇ ਕੋਈ ਨਾ ਕੋਈ ਡਰਗ ਲੈਂਦੇ ਨੇ ਪਲੇਅਰ ਯੂਰਨ ਦੇ ਵਿੱਚ ਆ ਜਾਂਦਾ ਉਹਦਾ ਟੈਸਟ ਉਹ ਟੈਸਟ ਤੁਸੀਂ ਪ੍ਰੋਪਰ ਓਨੈਸਟੀ ਦੇ ਨਾਲ ਕੀਤੇ ਸੀ ਕਿਉਂਕਿ ਕਿੰਤੂ ਪਰੰਤੂ ਬੜੇ ਬਾਦ ਦੇ ਵਿੱਚ ਉਹ ਇਹ ਪਲੇਅਰਾਂ ਦੇ ਵੀ ਜਾਂ ਫਰਸਟ ਆਲ ਆਪਾਂ ਕੋਸਟ ਲੈਬ ਨਹੀਂ ਭਾਰਤੀ ਸੀ ਉਹ 2019 ਚ ਉਹ ਐਬਟ ਲੈਬ ਸੀਗੀ ਕੈਲਿਫੋਰਨੀਆ ਦੇ ਵਿੱਚ ਤੇ ਯਾ ਅਸੀਂ ਸਾਰਾ ਓਨੈਸਟਲੀ ਕੀਤਾ ਕੋਈ ਆਈ نو ਬਾਅਦ ਵਿੱਚ ਕਈ ਪਲੇਅਰ ਅਪਸੈਟ ਸੀ ਪਰ ਜਿਹੜੇ ਸੈਂਪਲ ਦਿੱਤੇ ਸੀ ਉਹ ਪ੍ਰੋਪਰਲੀ ਸੀਲਡ ਸੀ ਟੈਂਪਰਿੰਗ ਹੋ ਨਹੀਂ ਸਕਦੀ ਸੀ ਇਟਸ ਇੰਪੋਸੀਬਲ ਰਾਈਟ ਤੇ ਅਸੀਂ ਪਲੇਅਰਾਂ ਨੂੰ ਕਿਹਾ ਵੀ ਆ ਕਿ ਤੁਸੀਂ ਲਾਬ ਦੇ ਨਾਲ ਡਾਇਰੈਕਟਲੀ ਗੱਲ ਕਰ ਸਕਦੇ ਆ ਤੇ ਸੈਂਪਲ ਆਪਾਂ ਆਈ ਥਿੰਕ ਦੋ ਕਬਾਰੀ ਦੁਆਰੇ ਵੀ ਟੈਸਟ ਕੀਤੇ ਸੀ ਫੇਰ ਵੀ ਆ ਗਏ ਸੀਗੇ ਯਾ ਦੁਆਰੇ ਕੀਤੇ ਫੇਰ ਵੀ ਆ ਗਏ ਖਰਚਾ ਵੀ ਜ਼ਿਆਦਾ ਲੱਗਿਆ ਕਿ ਡਬਲ ਟੈਸਟ ਕਰਨਾ ਪਿਆ ਪਰ ਫਿਰ ਵੀ ਪੋਜ਼ਿਟਿਵ ਟੈਸਟ ਸੀ। ਯਾ ਅੱਛਾ ਅਮ ਨਵੀ ਸਵੇ ਜਰੂਰ ਦੱਸੋ ਜੀ ਮੈਂ ਤੁਸ ਜਿਦਾ ਸੀ ਕੁਐਸਟ ਨਹੀਂ ਸੀ 2019 ਚ ਮਾਫ ਕਰਨਾ ਕੁਐਸਟ ਨਹੀਂ ਸੀ ਉਦੋਂ ਦੂਸਰੀ ਲੈਬ ਸੀ ਤੁਸੀਂ ਭੇਜਦੇ ਰਹੇ ਹੋ ਟੈਸਟ ਸਾਰੇ ਤੁਹਾਡੇ ਨਾਲ ਬਿੱਕਰ ਸਰਾਇ ਸਾਹਿਬ ਸਨ ਐਕਸ ਪ੍ਰੈਜ਼ੀਡੈਂਟ ਜਿਹੜੇ ਗੁਰਦੁਆਰੇ ਦੇ ਰਗਵੀਰ ਪ੍ਰਧਾਨ ਸਾਹਿਬ ਸਨ ਤੁਹਾਡੇ ਨਾਲ ਨਿਜੂ ਸਾਹਿਬ ਵੀ ਸੀਗੇ ਤੁਹਾਡੀ ਪੂਰੀ ਟੀਮ ਸੀਗੀ ਅੱਜ ਫਿਰ ਦੁਬਾਰਾ ਤੁਸੀਂ ਰੈਂਡਮਲੀ ਟੈਸਟ ਕਰਨ ਲਈ ਪਹੁੰਚੇ ਹੋ ਯਾ ਅੱਜ ਮੈਨੂੰ ਫਿਰ ਬਿਕਰਪਾ ਜੀ ਨੇ ਸੱਦਿਆ ਕਿ ਤੁਸੀਂ ਆ ਕੇ ਕਈ ਪਲੇਅਰ ਆ ਜਿਹਨਾਂ ਦਾ ਟੈਸਟ ਕਰਨ ਵਾਲੇ ਆ ਕਿ ਤੁਸੀਂ ਹੈਲਪ ਕਰੋ ਅੱਜ ਸੋ ਮੈਂ ਆ ਗਿਆ ਪਰ ਦਿਸ ਟਾਈਮ ਮੇਰੇ ਕੰਟਰੋਲ ਚ ਨਹੀਂ ਕੁਐਸਟ ਲੈਬ ਆਈ ਥਿੰਕ ਡਬਲਯੂ ਕੇ ਡੀ ਸੀ ਨੇ ਯਾ ਉਹਨਾਂ ਦੀ ਲੈਬ ਆ ਮੈਂ ਤਾਂ ਸਿਰਫ ਅੱਜ ਹੈਲਪ ਕਰਨ ਆਇਆ ਅੱਛਾ ਨਵੀ ਸਾਹਿਬ ਜਿਹੜੇ ਪਿਛਲੇ ਸਾਲ ਵੀ ਤੁਸੀਂ ਦੇਖਿਆ ਕਿਤੇ ਨਾ ਕਿਤੇ ਪਲੇਅਰ ਚੀਟ ਕਰ ਜਾਂਦੇ ਨੇ ਪਾਣੀ ਵਗੈਰਾ ਵੀ ਪਾ ਦਿੰਦੇ ਨੇ ਤੁਸੀਂ ਫਿਰ ਤੁਹਾਨੂੰ ਪਤਾ ਲੱਗ ਜਾਂਦਾ ਜੇ ਕਿਤੇ ਚੀਟ ਕਰਦੇ ਨੇ ਪਲੇਅਰ ਚੀਟਿੰਗ ਕਰਦੇ ਇਹਨਾਂ ਨੇ ਕੋਸ਼ਿਸ਼ ਬਹੁ ਕੀਤੀ ਅੱਛਾ ਜੀ ਜੀ ਮੁੜ ਕੇ ਫੇਰ ਮੰਨੇ ਵੀ ਨਹੀਂ ਮੁੱਕਰ ਗਏ ਪਰ ਆਪਾਂ ਆਪਾਂ ਫੜ ਵੀ ਲਏ ਸੀ ਚੀਟ ਕਰਦੇ ਆ ਪਾਣੀ ਇੰਨਾ ਪਾਉਣ ਦੇ ਨਾਲ ਉਹਨਾਂ ਨੂੰ ਪਤਾ ਲੱਗ ਜਾਂਦਾ ਲੈਬ ਵਾਲੇ ਨੂੰ ਕਿ ਡਾਈਲੂਟਡ ਆ ਯਾ ਸੋ ਚੀਟਿੰਗ ਇਜ਼ ਹਾਰਡ ਥੈਟਸ ਵਾਈ ਦੋਸ ਆਰ 19 ਦੇ ਵਿੱਚ ਜਿਹੜੀ ਨਰਸ ਆਪਣੇ ਨਾਲ ਸੀ ਉਹੋ ਐਕਚੁਅਲੀ ਅਬਜ਼ਰਵ ਕਰਦੀ ਸੀ ਜਦੋਂ ਉਹ ਸੈਂਪਲ ਦਿੰਦੇ ਸੀਗੇ ਯਾ ਸੋ ਉਹ ਨਾਲ ਜਾਂਦੀ ਸੀ ਵਾਸ਼ਰੂਮ ਦੇ ਵਿੱਚ ਸੋ ਚੀਟਿੰਗ ਹੋ ਨਾ ਸਕੇ ਸੋ ਜੇ ਕੋਈ ਚੀਟ ਕਰਦੇ ਵੀ ਆ ਤਾਂ ਤੁਸੀਂ ਫੜੇ ਜਾਵੋਗੇ ਅੱਜ ਦੀ ਟੈਸਟਾਂ ਬਾਰੇ ਕੀ ਕਹਿੰਨੇ ਹੋ ਤੁਸੀਂ ਫੁੱਲ ਸੇਵਾਵਾਂ ਨਿਭਾ ਰਹੇ ਹੋ ਸਾਹਮਣੇ ਟੈਂਟ ਵੀ ਲੱਗਾ ਹੋਇਆ ਆ ਜੇ ਕੋਈ ਕਿਸੇ ਦੇ ਦਿਲ ਦੇ ਵਿੱਚ ਕੋਈ ਸ਼ੱਕ ਹੋਵੇ ਸ਼ੰਕਾ ਸੋ ਇਹੋ ਜਿਹਾ ਨਾ ਸੋਚਣ ਮਤਲਬ ਪਰਫੈਕਟਲੀ ਪ੍ਰੋਪਰ ਸਾਹਮਣੇ ਟੈਸਟ ਤੁਸੀਂ ਲਵੋਗੇ ਯਾ 100% ਆਈ ਮੀਨ ਜੇ ਮੈਂ ਚੀਟ ਕਰਾਂ ਜੇ ਮੈਂ ਕਿਸੇ ਦਾ ਧੋਖਾ ਕਰਾਂ ਤਾਂ ਮੇਰਾ ਲਾਇਸੈਂਸ ਜਾਂਦਾ ਇਹਦੇ ਵਿੱਚ ਮੇਰਾ ਕੀ ਫਾਇਦਾ ਆ ਐਗਜ਼ੈਕਟ ਰੇਟ ਮੇਰੀ ਸਾਰੀ ਉਮਰ ਦੀ ਕਮਾਈ ਸਾਰਾ ਕੁਝ ਮੇਰੀ ਰੈਪਿਟੇਸ਼ਨ ਜਾਂਦਾ ਹੈ ਮੇ ਇਹਦੇ ਵਿੱਚ ਮੇਰਾ ਕੋਈ ਫਾਇਦਾ ਨਹੀਂਗਾ ਚੀਟਿੰਗ ਕਰਦਾ एवरीथिंग ਇਜ਼ ਲਿਜਿਟਿਮੇਟ ਤੇ ਸੋਨੋ ਕੋਈ ਫਿਕਰ ਕਰਨ ਦੀ ਲੋੜ ਨਹੀਂ ਜੇ ਪੋਜ਼ਿਟਿਵ ਟੈਸਟ ਆਇਆ ਮੋਸਟ ਆਫ ਦਾ ਟਾਈਮ 99% ਟਾਈਮ ਪੋਜ਼ਿਟਿਵ ਆ ਤੁਸੀਂ ਦੁਬਾਰੇ ਟੈਸਟ ਕਰਵਾ ਸਕਦੇ ਆ ਯਾ ਥੈਂਕ ਯੂ ਸੋ ਮਚ ਨਵੀਬ ਦੇਸ਼ਾ ਸਾਹਿਬ ਧੰਨਵਾਦ ਤੁਹਾਡਾ ਬਹੁਤ ਥੈਂਕ ਯੂ ਵੈਰੀ ਮਚ ਯਾ ਇਸਨ ਡਾਕਟਰ ਨਵੀਬ ਦੇਸ਼ਾ ਤੁਸੀਂ ਸਾਰੇ ਜਾਣਦੇ ਹੋ ਆ ਫੈਡਰੇਸ਼ਨਲ ਕਾਫੀ ਸਾਲਾਂ ਤੋਂ ਕੰਮ ਕਰਦੇ ਨੇ ਲੋਕਲ ਵੀ ਅਨਦਰ ਆਫਿਸ ਸਰੀ ਦੇ ਵਿੱਚ ਪਰ ਫੈਡਰੇਸ਼ਨ ਨਾ ਕਾਫੀ 10 ਸਾਲਾਂ ਤੋਂ ਕੰਮ ਕਰਦੇ ਨੇ ਚਾਹੇ ਉਹ ਬੀਸੀ ਯੂਨਾਈਟਿਡ ਕਬੱਡੀ ਫੈਡਰੇਸ਼ਨ ਹੋਵੇ ਚਾਹੇ ਨੈਸ਼ਨਲ ਕਬੱਡੀ ਐਸੋਸੀਏਸ਼ਨ ਹੋਵੇ ਅੱਜ ਵੀ ਆਪਣੀਆਂ ਸੇਵਾਵਾਂ ਨਿਭਾਉਣ ਲਈ ਇੱਥੇ ਪਹੁੰਚ ਚੁੱਕੇ ਨੇ ਸੋ ਜਿਆਦਾ ਸਮਾਂ ਨਾ ਲੈਂਦੇ ਹੋਏ ਮੈਂ ਦੱਸਣਾ ਚਾਹੁੰਨਾ ਕਿ ਮੈਚ ਜਿਹੜਾ ਕਬੱਡੀ ਦਾ ਮੈਚ ਆ 20 ਟੀਮ ਦਾ ਜਿਹੜਾ ਕਿ ਛੋਟੀਆਂ ਟੀਮਾਂ ਦੇ ਮੈਚ ਆ ਉਹ ਸ਼ੁਰੂ ਹੋਣ ਵਾਲੇ ਆ ਤੇ ਆਓ ਜੁੜਦੇ ਹਾਂ ਹੁਣ ਗਰਾਊਂਡ ਦੇ ਨਾਲ ਤਦ ਤੱਕ